हैप्पी बर्थडे तरुण। शाबाश, तू बोला भाई हैप्पी बर्थडे भरजाई। क्या बात है, मुंडे सियाने ने नाम लैके नहीं बोलते, सीधा भरजाई बोलते ने। लाते करके गाइज मैनू थोड़ा बैड के उपर ही रहना पै रहा, घर तो बहर नहीं निकल पा रहे, इस करके मैं तो बोले से कैब वगैरह करके चलते हैं, बट इन्हें क्या इन्नी भी कोई लोड़ नहीं है, इन्नी भी कोई जरूरत नहीं है, घर के आप छोटा मोटा केक कट लाँगे तो कोई इशू नहीं है। ठीक है, तरनदीप कौर हैप्पी बर्थडे, सारे ने हैप्पी बर्थडे बोलना तेनू, तो थैंक यू एडवांस ही कर दे। थैंक यू एडवांस, थैंक यू सो मच। गाइस असं पुछ गए ऑन शॉप से, ये सर केक साडा केक ओ पेदा ते उस पे भैया नाम लिखा रहे हैं। गाइस ऑन असि ले लेता केक ते सवनी सिंह कर रहे हैं ड्राइव, ते हुन चल रहे हैं असि कार ते कार जाके केक कटांगे, समोसे खावांगे ते क्रिकेट खेलांगे ते ਤੁਹਾਨੂੰ ਅੱਗੇ ਤੱਕ ਕੇ ਅਪਡੇਟ ਕਰਾਂਗੇ। ਹੈਲੋ ਗਾਈਜ਼, ਵੈਲਕਮ ਬੈਕ ਟੂ ਮਾਈ YouTube ਚੈਨਲ ਜਿਹਦਾ ਨਾਮ ਤੁਸੀਂ ਸਾਰੇ ਜਾਣਦੇ ਹੋ ਰਮਦੀਪ ਵਲੌਗ। ਸੋ ਬਾਬਿਓ ਕਰਦੀ ਹੈ ਵਲੌਗ ਦੀ ਸਟਾਰਟਿੰਗ ਸਿਰਫ ਤੁਹਾਡੇ ਲਈ ਗਾਈਜ਼ ਅੱਜ ਫਿਰ ਤੋਂ, ਠੀਕ ਹੈ, ਕਿਉਂਕਿ ਯੂ ਆਲਰੇਡੀ ਗਾਈਜ਼ ਨੋਜ਼ ਕਿ ਫ੍ਰੈਕਚਰ ਲੱਗਿਆ ਪਿਆ, ਪਲਾਸਟਰ ਹੋਇਆ ਪਿਆ ਮੈਨੂੰ, ਤਾਂ ਕਰਕੇ ਵੀ ਤੁਹਾਡੇ ਲਈ ਮੈਂ ਤਿਆਰ ਹੋਇਆ, ਅਤੇ ਨਾਲੇ ਯੂ ਆਲਰੇਡੀ ਗਾਈਜ਼ ਨੋ ਟਾਈਮ ਹੋ ਚੁੱਕਿਆ ਆਲਮੋਸਟ 4:30 ਅਤੇ ਤਨੂੰ ਦਾ ਹੈ ਬਰਥਡੇ, ਠੀਕ ਹੈ, ਅਤੇ ਆਪਾਂ ਬਸ ਰੈਡੀ ਸ਼ੈਡੀ ਹੋ ਗਿਆ, ਸਮਾਨ ਵਗੈਰਾ ਲੈਣ ਬਵਨੀਕ ਸਵਨੀਕ ਨੂੰ ਭੇਜ ਦੇਵਾਂਗੇ, ਕੁਛ ਤਵਨੀਕ ਲਾਇਆ ਸੀ, ਅਤੇ ਵੰਸ ਅਗੇਨ ਹੈਪੀ ਬਰਥਡੇ ਟੂ ਤਰਨਦੀਪ ਕੌਰ, ਬਹੁਤ ਬਹੁਤ ਲੰਮੀਆਂ ਉਮਰਾਂ ਬਖਸ਼ਣ ਅਤੇ ਬਹੁਤ ਤਰੱਕੀਆਂ ਬਖਸ਼ਣ, ਅਤੇ ਅੱਗੇ ਸਕਸੈਸ ਵਾਲੀ ਲਾਈਫ ਮਿਲੇ, ਅਤੇ ਵੱਧ ਤੋਂ ਵੱਧ ਚੜ੍ਹਦੀ ਕਲਾ ਜੋ ਵੀ ਅਗਲੇ ਜਿੰਨਾ ਵੀ ਸਮਾਂ ਜ਼ਿੰਦਗੀ ਦਾ ਵਾਹਿਗੁਰੂ ਮੇਰਾ ਭਰਿਆ ਰੱਖੇ, ਅਤੇ ਘੈਂਟੋ ਘੈਂਟ ਬਣਾ ਕੇ ਰੱਖੇ, ਠੀਕ ਹੈ। ਸੋ ਗਾਈਜ਼ ਦੇਖੋ ਫਿਰ ਵਲੌਗ ਨੂੰ, ਪਤਾ ਥੋੜ੍ਹਾ ਲੇਟ ਹੋ ਗਿਆ ਕਿਉਂਕਿ ਯੂ ਨੋ ਗਾਈਸ ਆਲਰੇਡੀ ਦੱਸਿਆ ਪਿਆ ਤੁਹਾਨੂੰ ਕੀ ਲੱਗੀ ਪਈ ਹੈ, ਤਾਂ ਕਰਕੇ ਸੋ ਦੇਖੋ ਫਿਰ ਵਲੌਗ ਨੂੰ, ਠੀਕ ਹੈ, ਅਤੇ ਦੇਖੋ ਫਿਰ। ਤਵਨੀ ਕਿਧਰਾ ਥੱਲੇ ਦੱਸਦਾ, ਬਹੁਤ ਮੁਸ਼ਕਿਲ ਹੈ, ਇੱਕ ਦੋ ਮਹੀਨੇ ਨਹੀਂ ਰੁਕ ਸਕਦਾ, ਆਪਣੀ ਆਪਣੇ ਆਪਣੇ ਫੈਮਿਲੀ ਲਈ ਅਸੀਂ ਇਸ ਦਰਦ 'ਤੇ ਵੀ ਖੜ੍ਹੇ ਹੋ ਸਕਦੇ ਹਾਂ, ਇੱਧਰ ਚੱਲ ਪਕੜ, ਇੱਧਰ ਦਰਦ 'ਤੇ ਵੀ ਪਕੜ ਸਕਦੇ, ਪਕੜਨਾ ਤੂੰ ਕੁਛ ਥੋੜ੍ਹਾ ਕਰ। ਦੇਖ ਰਹੇ ਹੋ ਗਾਈਜ਼, ਦੋ ਕਦਮ ਲੈ ਕੇ ਨਹੀਂ ਆਇਆ, ਤੇ ਦੇਖ ਰਹੇ ਹੋ ਗਾਈਜ਼ ਦੋ ਕਦਮ ਕੇ ਚਾਰ ਪੰਜ ਕਦਮ ਹੋ ਗਏ। ਹਾਏ, ਕੇਲਾ ਕਿ ਆਇਆ ਤੂੰ ਹੁਣੇ ਦੁਕਾਨ ਤੋਂ? ਦੁੱਧ। ਲਓ ਜੀ ਗਾਈਜ਼, ਤਵਨੀਤ ਸਿੰਘ ਨੂੰ ਭੇਜਿਆ ਸੀਗਾ ਦੁੱਧ ਵਗੈਰਾ ਲੈਣ ਲਈ, ਕਿਉਂਕਿ ਅੱਜ ਮੂਡ ਆਪਣਾ ਖੀਰ ਆਪਣਾ ਬਣਾ ਕੇ ਖਾਣ ਲਈ, ਤੇ ਮਦਰ ਕਿਵੇਂ ਹੋ? ਹੈਪੀ ਬਰਥਡੇ ਬੋਲਦੇ ਤੁਹਾਨੂੰ ਫਿਰ, ਇੱਥੇ ਬੋਲੋ ਨਾ ਸਾਰਿਆਂ ਨੂੰ ਪਤਾ ਚੱਲੇ, ਬੋਲੇ। ਸ਼ਾਬਾਸ਼, ਤੂੰ ਬੋਲਾਂ ਭਾਈ ਹੈਪੀ ਬਰਥਡੇ ਭਰਜਾਈ। ਕਿਆ ਬਾਤ ਹੈ, ਮੁੰਡੇ ਸਿਆਣੇ ਨੇ ਨਾਂ ਲੈ ਕੇ ਨਹੀਂ ਬੋਲਦੇ, ਸਿੱਧਾ ਭਰਜਾਈ ਬੋਲਦੇ ਨੇ, ਅਤੇ ਬਸ ਤੈਨੂੰ ਹੋ ਰਹੀ ਹੈ ਰੇਡੀ, ਆਪਾਂ ਰੇਡੀ ਛੇੜੀ ਹਾਂ, ਬਸ ਇਸ ਤੋਂ ਜ਼ਿਆਦਾ ਰੇਡੀ ਨਹੀਂ ਹੋ ਸਕਦੇ ਗਾਈਸ, ਕਿਉਂਕਿ ਯੂ ਨੋ ਇਹ ਗਾਣਾ ਮੈਨੂੰ ਹੋਏਗਾ ਡੈਡੀਕੇਟ, ਹੈ ਨਾ, ਹੋਏਗਾ ਡੈਡੀਕੇਟ, ਸਾਰਿਆਂ ਤੋਂ ਅਲੱਗ ਦਿਸੀਦਾ ਤਾਂ ਹੀ ਤਾਂ ਲੋਕ ਅਲੱਗ ਕਹਿੰਦੇ ਰਹਿੰਦੇ ਨੇ, ਦੇਖਦੇ ਰਹਿੰਦੇ ਨੇ, ਹੈ ਮਿੱਤਰ ਮੇਰੀ ਗੱਲ ਸੁਣ, ਪੂਰੇ 5:30 ਇੱਥੇ ਹੋਣੇ ਚਾਹੀਦੇ ਹੋ, ਬਵਨੀਤ ਨੂੰ ਫੋਨ ਕਰ ਰਹਾ, ਨੈੱਟ ਨਹੀਂ ਹੈ ਕਿ ਵਾਈਫਾਈ ਕਨੈਕਟ ਕਰ ਰਹਾ, ਸਿਆਣਾ ਬਣ ਰਿਹਾ ਜ਼ਿਆਦਾ ਤੂੰ, ਹੈਂ, ਸਵਨੀਤ ਨੂੰ ਵੀ ਕਰੀ, ਜਾਣੇ ਨਹੀਂ ਤਨੀ ਜਾ ਬਾਪੂ ਬੁਲਾ ਰਹੇ। ਓ ਜੀ ਗਾਈਸ, ਓਏ ਜਲਦੀ ਆ ਜਾਈ, ਥੋੜ੍ਹੀ ਦੇਰ ਤੱਕ ਆ ਜਾ, ਤਰਨਦੀਪ ਕੌਰ ਹੋ ਰਹੀ ਹੈ ਰੇਡੀ ਆਪਣੇ, ਨਿੱਕਾ ਮੋਟਾ ਸੈਲੀਬ੍ਰੇਸ਼ਨ ਆਪਾਂ ਕਰ ਰਹੇ ਹਾਂ ਗਾਈਸ, ਕਿਉਂਕਿ ਐਜ਼ ਯੂ ਨੋ ਕਿ ਲੱਤ ਦੇ ਕਰਕੇ ਮੈਨੂੰ ਓ ਯਾਰ ਪੰਗਾ ਹੀ ਹੈ ਸਾਰਾ, ਓਏ ਲੱਤ ਦੇ ਕਰਕੇ ਗਾਈਜ਼ ਮੈਨੂੰ ਥੋੜ੍ਹਾ ਬੈੱਡ ਦੇ ਉੱਪਰ ਹੀ ਰਹਿਣਾ ਪੈ ਰਿਹਾ, ਘਰ ਤੋਂ ਬਾਹਰ ਨਹੀਂ ਨਿਕਲ ਪਾ ਰਿਹਾ, ਇਸ ਕਰਕੇ ਮੈਂ ਤਾਂ ਬੋਲਿਆ ਸੀ ਕੈਬ ਵਗੈਰਾ ਕਰਕੇ ਚੱਲਦੇ ਹਾਂ, ਬਟ ਇਹਨੇ ਕਿਹਾ ਇੰਨੀ ਵੀ ਕੋਈ ਲੋੜ ਨਹੀਂ ਹੈ, ਇੰਨੀ ਵੀ ਕੋਈ ਜ਼ਰੂਰਤ ਨਹੀਂ ਹੈ, ਘਰ ਦੇ ਵਿੱਚ ਹੀ ਆਪਾਂ ਛੋਟਾ ਮੋਟਾ ਕੇਕ ਕੱਟ ਲਾਂਗੇ ਅਤੇ ਕੋਈ ਇਸ਼ੂ ਨਹੀਂ ਹੈ, ਠੀਕ ਹੈ। ਤਰਨਦੀਪ ਕੌਰ ਹੈਪੀ ਬਰਥਡੇ, ਸਾਰਿਆਂ ਨੇ ਹੈਪੀ ਬਰਥਡੇ ਬੋਲਣਾ ਤੈਨੂੰ, ਅਤੇ ਥੈਂਕ ਯੂ ਐਡਵਾਂਸ ਵਿੱਚ ਹੀ ਕਰਦੇ। ਥੈਂਕ ਯੂ ਐਡਵਾਂਸ, ਥੈਂਕ ਯੂ ਸੋ ਮੱਚ ਐਵਰੀਵਨ, ਬੋਲ ਥੈਂਕ ਯੂ ਸੋ ਮੱਚ ਫੋਰ ਯੂਰ ਵਾਰਮ ਵਿਸ਼ਿਜ਼, ਥੈਂਕ ਯੂ ਸੋ ਮੱਚ ਫੋਰ ਯੂਰ ਵਾਰਮ ਵਿਸ਼ਿਜ਼ ਐਵਰੀਵਨ ਐਵਰੀਵਨ।
लो जी गाइस बर्थडे गर्ल कोलो भी तुहानू थैंक यू भरपूर मिल चुके है ते साह चढ़ जाता यार चल के ओ तुहानू ओ तुहानू थोड़ी सीधी गल फिर मैं लेट जाऊंगा प्रॉब्लम हो जाएगी तरन चादर हो गई खराब यार जाने नहीं देंगे तुझे क्या कर रही है इधर मुड़ के दस ना केड़ा स्टाइल बना रही है नवा स्टाइल कोई भी नहीं है मैं मरोड़ी जी बना रही हूं कुछ ना कुछ हो जाए ये नो ना मेरे स्टाइल ही आंदा कोई या तन्नू दुआ भी देना सी नहीं यार हैं दुआ तक के भी देना सी हां जी गाइस सो जसलीन गई है अपना ट्यूशंस वगैरह ते वो आंदी है फिर भवनीक नु करदा मैं फोन तन्नू मेरा अपना फोन फड़ा 2 मिनट जा अपना फोन फड़ा भवनीक नु कॉल करा बवनी करते हैं फोन केक लैंड भेजते हैं तो समोसे ऑलरेडी ऑर्डर दे के आ चुके हैं उन्होंने भेजते हैं तो आई विल लैट हिम नो कि उत्थे जाके भी व्लॉग कवर कर लें क्योंकि सिंह साहब जा नहीं सकते ठीक है मैं करता फोन बवनी भाजी को फोन जा रहा 1 2 हाँ किधर किधर हैलो सुतेंगे जाना फिर हो गया ना टाइम हो गया ना इधर आ फिर इधर आ बन बन चल हेलो जी गाइस सवनीक ते भवनीक नु मैं भेजा अपनी बाइक बुलेट ते भेजता उनू जाके केक लैण वास्ते केक आएगा फिर केक कटिंग करांगे ऑलमोस्ट 5:20 हो चुके ने बस उन्हां दा वेट है केक ले आण ते उस तो बाद है क्यों क्यों सो केक लैंड भेजा बस वो आ जाए फिर केक कटिंग करेंगे समोसे भी पिलाएंगे तो कोल्ड ड्रिंक लैंड भी भेजा कोल्ड ड्रिंक की एक बॉटल बड़ी है तू सोनू को मंगा लेंगे ना चलो फिर गाइज आते हैं तो क्लिप पक्का ऐड कर लाँगा वैसे तो मैं भवनीक नू बोलिया सीगा कि जा रहे हैं तो उहदे विच कुछ पार्ट ऐड कर लें कि मैं केक वगैरह लैन गया कि केक ऑर्डर किया के जो भी चीज़ उन्हें बनाई होएगी तो उहदे विच नैक्सट तुसीं देख ही लोगे गाइज है ना तो बस मम्मी बार खीर रोटी वगैरह बना प्रिपेयर कर रहे हैं तो तनु मेरे नाल ही बैठी पई है इतने तो बस बवनीक आंदा है तो फिर आप केक कटिंग करते हैं पूरे 6 बजे कर लाँगे आप फर्स्ट टाइम नहीं सैकेंड टाइम चला रहे और तू केक की दुकान गाइस असं पुछ गए हम शॉप से ये सारे केक साडा केक ओ फिर उस भैया नाम लिखा रहे हैं तो सवनीक सिंह अस कह रहे शॉप का नाम है केकोपीडिया बहुत अच्छी शॉप है सारे आओ विजिट करो तो केक लो थैंक यू गाइस हूँ असी ले लिता केक ते सवनीक सिंह कर रहे हैं ड्राइव ते हुण चल रहे हैं असीं कार ते कार जाके केक कटांगे समोसे खावांगे ते क्रिकेट खेलांगे ते तुहानू अगे दस के अपडेट करांगे थैंक यू ते नवा नवा ब्लॉगर आ मैं भी थोड़ा हकलांदा भी हाँ बट चलदा काको भवनीक केक लै आयो कौन घूमेंगे जाओ हुण जाओ किर चले इधरा सवनीक समोसे यार केक खाते हैं थोड़ा तंग कर दे समोसे ने कोल्ड ड्रिंक लेनी कोल्ड ड्रिंक दी बोतल नहीं सोनू को लो सोनू होया तो मेरी गल रही सुन उसने मैं पैसे भेजूंगा 480 रुपए तो उसको ले ली नहीं 400 इधर मैं जाऊंगा उन्हें मैं भेजूंगा जा सोनू को 480 भेजूंगा पता नहीं आ गया तू भी तुमरा भाई कहाँ है तुमरा भाई किधर है किधर है किधर है ये मसा लाल टी शर्ट उड़ी है सी ओ तरनीक किधर है फिर तरनीक ओ उड़ गई उड़ गई चल चल तब नहीं दिखिया उधर पूछ की है मैं बाहर बैठिए सोफे चला हूँ इतना
ਕੇਕ ਜਿੱਥੋਂ ਨਾ ਕਟਾਂਗੇ ਇੱਥੇ ਕਟਣਾ ਹੈ ਇੱਥੇ ਤੋਂ ਕਟਾਂਗੇ ਕੇਕ ਬਣਾ ਨਾ ਨਾ ਬੈਠ ਜਾਣਗੇ ਹੈ ਸੋਫੇ ਬੈਠ ਜਾਣਗੇ ਫੁੱਲ ਬੂਟੇ ਨਹੀਂ ਲਾਏ आओ जी आओ जी आओ जी सत श्रीकाल जी सत श्रीकाल इधर पैर नु हाथ लाना जिहड़ा काम कीता इत्थे हाथ लाया इत्थे हाथ लाया कर वीर जी मैनू कुछ नहीं होण लग्या इह तुहाडे किट्टे भरन होने हुण हां जी होर जिहड़ा होना सी होते गया हैप्पी बर्थडे बोलना बोल दित्ता मैं इधर बोलना सामने ना तू फोटो पाया किन्ना लेट फोटो पाया तू मैं के करना स्कूल ने सवेरे राती क्यों नहीं पाया राती फिर फोन इधर बोल सी किदे कोल सी तेरे तेरे हाथ सी ना मैं पकड़े नहीं वो कहता इसते हाथी तू कहता उदे हाथी जाए फोन वीडियो देख लो व्लॉग देख लो वापस व्लॉग में राती बनाया नहीं वो कहता मैं जब जैसे ही इधर से निकला उसने ले लिया था नहीं मैं पता ही नहीं पूछो इधर आया था नहीं था मैं पता नहीं और भाई दसो कहता हुक्म कर जा गुन्नू बना दो बुलाना कहता ओए बबनी इधर आए कोई बोले करता सी वड्डा वाला निक्का वाला बेचारा शरीफ वड्डा वाला कोई बोले ही कहंदा के बोलदा सी सच बोले भाई ना ना तेरी कर चल झूठ बोलदा बोलदा सी भाई मम्मी क्या मैं क्या व्लॉग बनाया ने कहंदा बस इतना वेला है ए नहीं बोले कुछ तो बोला तू फिर के बोला है रियलिटी बोल सच बोल ये कर सकते हैं ये बोले नेचुरल कलर देख लो के है पूरा कलर आई परफेक्ट तेरा ब्लैकिया कोल्ड ड्रिंक पे दिए ते समोसे आ देखो आपस ही गल कर रहे गल कर दिया करो सारे गल कर बात करे करो तू पंगे ना कर ए आर्टिस्ट बैठे थे इतने इधर मुड़ो ना जरा मुखड़ा घुमाओ अपना इतने हाँ जी वीर जी मुड़ो ना इधर और क्या है देखा सी ना तू स्टील बॉडी नहीं दिया वहां पंगे करे कर दी उच्चा बोल तू उच्चा बोलिया कर हैप्पी बर्थडे क्यों नहीं बोले बोल वापस बोल इधर आ इधर आना गया ना हैप्पी बर्थडे पर जाई भी कुछ तनु यार के चक्कर है कैसा भाई पास हो गया मुवार के पार्टी तू लड्डू खिला शर्म कर ओ तेरी ओ खिलागी के ना सीधा स्टोरी चेक करो गाइस स्टोरी चेक करो गाइस स्टोरी चेक करो मुंडे दी एक पानी वाले ने पाया है इन्हें पाया किने पैसे देते सही एक करवा नहीं देता जांदा किसी सिफारिश पे फिर फिर किए पाया नहीं फोटो जी केक दे विच पोज लिते जा रहे हैं केक दे नाल ते तवनीक सिंह उत्थे बैठे ने तरनीक सिंह सारी जनता पार्टी बैठी है सारे थे बस एक गुरनीक मिसिंग है फिलहाल ते एक ऐश मिसिंग है अस अस तू हसना गया था ना हसना गया था सच बोली क्यों फिलहाल एक बंदा जरा होर काका हैप्पी बर्थडे तो बोलो चलो मैंने तो पहले ही बोल दिया था कहता है खोफ खा खोफ लो जी गाइस एज प्रोमिस तुहानू बोलिया सीगा 6 बजे तक आपां केक कट लांगे ते बस वी आर जस्ट वेटिंग फॉर ऐश
then we will cut the cake ਦੇ ਇੱਕ ਭਾਜੀ ਹੁਣੇ ਸਾਰੇ ਖੁਸ਼ ਪਰ ਖੁਸ਼ ਨੇ ਜ਼ਿਆਦਾ ਖੁਸ਼ ਹੈ ਕਿਉਂਕਿ ਇਹਨੂੰ ਕੇਕ ਖਾਣਾ ਬੜਾ ਪਸੰਦ ਹੈ ਉਹਦੇ ਮੂੰਹ ਵੀ ਅਸਾ ਉਸਕੋ ਪਤਾ ਹੈ ਕੇਕ ਖਾਤਾ ਹੈ ਜ਼ਿਆਦਾ ਖਾਤਾ ਨਾ ਹਾਂ ਤੂੰ ਕਬ ਖਾਇਆ ਹੈ ਤੂੰ ਕੀ ਖਾਬਾ ਹੈ ਤੂੰ ਕਾ ਕਰ ਰਿਹਾ ਹੈ ਅਭੀ ਅੱਲਾ ਹੈ ਨਾ ਕੀ ਬੋਲਦਾ ਇਹ ਫੌਜੀ ਸਰਦਾਰ ਇਹ ਵੀ ਤੇ ਫੌਜੀ ਇਹਦਾ ਫਾਦਰ ਵੀ ਤੇ ਫੌਜੀ ਹੈ ਤੁਹਾਡੇ ਸਾਰਿਆਂ ਦੇ ਫਾਦਰ ਆਰਮੀ ਚ ਹਨ ਤਿੰਨੋਂ ਦੇ ਆਲ ਆਫ ਥੈਮ ग्रेट यार इसके पापा ग्लेशियर है अच्छा इसके पापा ग्लेशियर में मलेशिया इधर पापा ठंडा ही बैठा है अरे कहां है अभी जल्दी आना इसका सेंट्रल है नहीं नहीं ड्यूटी किधर है फौजी को किस किस डिपार्टमेंट के साथ उन्हें बोल रिप्लाई करे कर दिए उन्हें बोल जल्दी आ कौन सी जगह में है तेरे पापा की ड्यूटी पोस्टिंग दिल्ली अच्छा हां जी पाजी तुम्हारी आगरा हैं बबीना आगरा में बबीना कोई जगह होगी है चल ग्रेट है चार पांच जगह दस गया तू एक बोल कदे बबीना कदे झांसी मसा मसा हो गया जा गल ना कर तू ये गया था अभी पूरे छे बजे केक कट कर रहे हैं ते तरनदीप कौर उधर बैठी है कल कटी है ये कट आई कल कट रुको यार रुको Happy birthday to you Happy birthday to you Happy birthday dear Tanu Happy birthday to you Birthday ka shri kam bhi milega Mummy khao chalo khao milega 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 May God bless you Thank you Mummy bolta ki banda chalo ab aap kya karo padhai ki taraf dhyan do केक की तरफ ध्यान नहीं देना तुमने थोड़ा सी व्लॉग दसना सी कि तुहानू बुला के गैदरिंग कीती आपां मतलब थोड़ा कट किया आपां हैं चलो फिर ओके बाय बाय टाटा तू बैठ तू जा भाई अंदर हाँ तू ही जाएगा और क्या चल बैठ इधर यार मौजू कर रहे हैं सीरियस हो गई क्या बंदा यार ये वो बंदा ठीक है सेंटर वाला ओए तेरा कड़ा किधर है मासी को उधर चप्पल अलग तू बच्चे दे पता नहीं बच्चे दे यार क्योंकि तू ट्यूशन पढ़ता ना ता करके तू बच्चे ना तू ट्यूशन दे पैसे देने अजे उसके पास ऑप्शन है इसके पास गगन छोड़ देगा उसको अकेले नहीं ना जाना दो बंदे हो मिनिमम ना ना वो गगन आया गगन लेके आया उसको स्पेशल यार गगन लेके आया उसको गगन लेके आया तू कैसे लेके आया कैसा नहीं पढ़ता स्कूल स्कूलिंग छोड़ दी तूने लो जी केक दे समोसे खान ओए शर्म नहीं करे वो खाने खा ले मौजू कोई नहीं लेकर ठीक है क्यों क्योंकि वो बहुत गंदी नहीं ओ वन मोर स्पोर्टर देख ले लो जी पहले केक छक रहे हैं तवनीक सिंह ते तनीक सिंह ते निक्के मोटे जिन्हें भी ने बवनी सिंह आया फिलहाल कख नहीं मिले इन्हूं लो जी गाइस समोसा वगैरह भी आ गया ते केक देना सी ना नूर यार तेनू खत्म हो गए और मिल जाएगा
अच्छा हाँ ठीक है। बीवी कितने खाई है? क्यों केक खांदी बीवी? इन्फेक्शन हो जाएगी। मीठा के देना है। मीठा वा केक मीठा नहीं है। लो जी गाइज समोसे ते कोल्ड ड्रिंक ते केक खाने वाले मुंडिया नू लगी भुख। तवनीक तरनीक बवनीक सवनीक सारिया नू ते सब तो ज्यादा लगी, सब तो पहले भुख लगी तवनीक सिंह नू क्योंकि तू ही सब तो पहले आया सा। के बना रहे हो दूध लैन? तू ही गया सा वीर जी। मैं ही बोले के बना रहे हो। तूने बोला सी के बना रहे हो? मैं बोले ही नहीं है। तू बोला खीर तो पहले पूछे हां दूध क्यों कहता कहता मन बोलती दूध ले कहता क्यों ज्यादा ने मैं क्या करना है? खीर वगैरा हो गई है डन। मुंडा बैठा इथे चाचे दा ते ओ कह रहा है ਆਪਾਂ ਕਰਾਂਗੇ ਤਾਈ ਜੀ ਉਹਨਾਂ ਦੀ ਐਕਟਿੰਗ ਮਿਮਿਕਰੀ ਕਰੇਗਾ ਮੰਮੀ ਦੀ ਐਕਟਿੰਗ ਮੰਮੀ ਦੀ ਮਿਮਿਕਰੀ ਕਰੇਗਾ ਮੁੰਡਾ। ਹਾਂਜੀ ਹਾਂਜੀ ਮੰਮੀ ਕੀ ਹਾਲ ਹੈ? ਠੀਕ ਹੋ? ਇੱਕ ਹੋਰ ਨਾ ਹੈਲੋ ਕਰੋ। ਹੈਲੋ ਗਾਈਜ਼ ਹੈਲੋ ਗਾਈਜ਼ ਮੰਮੀ ਹੈਲੋ ਕਰੋ। ਹੈਲੋ ਨਹੀਂ ਕਰੇ ਹੈਲੋ ਹੁਣ ਤੂੰ ਕਰੇਗਾ। ਸਾਰੇ ਗਾਈਜ਼ ਮੰਮੀ ਦੀ ਐਕਟਿੰਗ ਕਰ ਰਹੇ ਤੇ ਹੁਣ ਬਵਨੀਕ ਪਹਿਲਾ ਨੰਬਰ ਇਦਾਂ ਸੀ ਹੁਣੇ ਕਰੇਗਾ। ਤਨੀ ਭਾਈ ਤੁਸੀਂ ਕਰਨੀ ਹੈ? ਇਹਦਾ ਕੋਈ ਜ਼ਿਆਦਾ ਹੀ ਲਗਾਵ ਮੰਮੀ ਨਾਲ, ਉਹ ਐਕਟਿੰਗ ਨਹੀਂ ਕਰੇਗਾ। ਚਲੋ ਪੁੱਛੋ ਕੁਛ। ਹੈਲੋ ਮੰਮੀ ਬੋਲੋ। ਹੈਲੋ ਬੋਲੋ ਨਾ ਮੰਮੀ। ਐਨਕ ਵਾਲਾ ਐਨਕ ਵਾਲਾ ਹੈਲੋ ਤੇ ਬੋਲੋ ਮੰਮੀ। ਮੰਮੀ ਹੈਲੋ ਬੋਲੋ ਨਾ। ਹੈਲੋ मम्मी आस्ता मुंह च बोलदी मम्मी ओ भी लग गई हूं मम्मी ओ भी लग गई बिट जाचू बड़ी तगड़ी एक्ट है। कौन करता है? जसलीन। ओ चाह पींदी बिट जाचू। कप इत्थे होंदे उस थल्ले नहीं आंदी, इत्थे ही होंदे फिर कप। इत्थे ही कप होंदी बिट जाचू का सुना इत्थे। दो कुटू जाते तो मेरी मम्मी ओ देखो कुटू जी। तुसी करना चाहोगे अपने फादर साहब दी कुछ एक्टिंग वगैरह? पापा कड़ा ब्लॉग देता तेरा? मम्मी दिखती है पापा थोड़ा दिखते ना है दिखते अच्छा फिर रहन देखे इन्ना थोड़ा ये जब तेरी आने वाली होगी कर दी 10 सेकंड अगे कर दी ठीक है। और खाएगा खीर? खीर सीरियसली पूछ रहे हैं मौजू नहीं ला रहे हैं तू कि जाना है? बारिश लगी नहीं मजा जाते जाते पिघल जाएगा तू के जी। मैं तू जाना जाते जाते पिघल जाएगा लो जी अपने भोली चाचू की गल सुनाई जा रही है। बवनी इतने सुना रहा है इदा रियल चाचा है बिचाले का। उच्चा बोलो थोड़ा। आस्ता आस्ता निकल रहे पिछो बंदा रहा वीर 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 पैसे पैसे पार्किंग वाला सी गलती
ਇਹਨੂੰ ਵੀ ਪਤਾ ਹੋਣਾ, ਇਹਨੂੰ ਵੀ ਕਹਾਣੀ ਪਤਾ ਹੋਣੀ ਹੈ। ਚਾਚੇ ਦੀ ਇੱਕ ਇੱਕ ਅੱਧੀ ਕੋਈ ਸੁਣਾ, ਕੋਈ ਇੱਕ ਅੱਧੀ ਕਹਿੰਦਾ ਇਹੋ ਸੇਮ ਹੈ ਚਾਚਾ, ਇਸ ਤਰ੍ਹਾਂ ਹੀ ਬੋਲਾਂ, ਇਹੋ ਸੇਮ ਇਸ ਤਰ੍ਹਾਂ ਹੀ ਕਰਦਾ। ਮਤੇ ਨੇ ਰੀਅਲ ਐਕਟਿੰਗ ਕੀਤੀ, ਸਹੀ ਕੀਤੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਬੈਠ ਕੇ ਹੁਣ ਬਾਰਿਸ਼ ਦਾ ਆਨੰਦ ਮਾਣ ਰਿਹਾ ਕਿਉਂਕਿ ਸਵੇਰੇ ਦਾ ਹੀ ਬਾਰਿਸ਼ ਲੱਗੀ ਪਈ ਹੈ। ਮੈਂ ਅੰਦਰ ਤੋਂ ਬਾਹਰ ਹੁਣੇ ਆਇਆ ਬਰਥਡੇ ਸੈਲੀਬ੍ਰੇਟ ਕਰਨ ਤੋਂ, ਖਾਣ ਪੀਣ ਤੋਂ ਬਾਅਦ, ਕਿਉਂਕਿ ਐਜ਼ ਯੂ ਆਲਰੇਡੀ ਨੋਸ ਗਾਈਸ, ਠੀਕ ਹੈ ਨਾ। ਅਤੇ ਹੁਣ ਆਪਾਂ ਕਰ ਰਹੇ ਹਾਂ ਸੂਪ ਇੰਜੋਏ, ਚਿਕਨ ਸੂਪ। ਜੋ ਬੋਨ ਫ੍ਰੈਕਚਰ ਹੋਈ ਹੈ ਉਹ ਜਲਦੀ ਰਿਕਵਰ ਕਰ ਪਾਏ, ਤਾਂ ਕਰਕੇ ਖਾਈ ਜਾ ਰਹੀ। ਇਹ ਤਾਂ ਬਸ ਇਹ ਦੋਨੋਂ ਬਸ ਮੇਰਾ ਫਾਇਦਾ ਲਈ ਜਾ ਰਹੇ ਨੇ, ਜੋ ਮੈਨੂੰ ਮਿਲਦਾ ਇਹ ਨਾਲ ਨਾਲ ਖਾਈ ਜਾ ਰਹੇ ਨੇ, ਤਾਂ ਕਰਕੇ। ਹਾਂਜੀ ਬੋਲੋ, ਕੁਛ ਬੋਲੋਗੇ? ਅੰਦਰਲੀ ਹੱਡੀ ਕਿਹੜੀ ਹੁੰਦੀ ਹੈ? ਹੱਡੀਆਂ ਦੇ ਅੰਦਰਲੀ ਹੁੰਦੀਆਂ ਨੇ, ਹੱਡੀ ਦੇ ਅੰਦਰ ਹੀ ਹੁੰਦੀ ਨੇ, ਬਾਹਰ ਹੁੰਦੀ ਕੋਈ ਕੀ? ਬੋਲਣਾ ਹੁਣ ਬੋਲਣਾ, ਅਸੀਂ ਫ੍ਰੈਕਚਰ ਤੋਂ ਬਿਨਾਂ ਜੋੜ ਰਹੇ ਹਾਂ। ਕਰ ਲੈ ਔਨ ਕਰ ਬੱਤੀ, ਦੋਨੋਂ ਕਰ ਲੈ। ਹਾਂਜੀ ਗਾਈਸ, ਸੋ ਆਪਾਂ ਬਸ ਤੈਨੂੰ ਲਾਸਟ ਵਿਸ਼ ਕਰਨੀ ਹੈ, ਜੋ 12 ਵਜਣ ਤੋਂ ਪਹਿਲੇ ਇੱਕ ਵਾਰ ਹੋਰ ਵਿਸ਼ ਕਰਕੇ ਆਪਾਂ ਕਰਾਂਗੇ ਵਲੌਗ ਦਾ ਐਂਡ। ਵੀ ਫਿਲਹਾਲ ਆਪਾਂ ਖੇਲ ਰਹੇ ਹਾਂ ਸਾਰੇ ਲੂਡੋ, ਤੈਨੂੰ ਅਤੇ ਮੈਂ, ਜਸਲੀਨ ਅਤੇ ਬਵਨੀਕ ਇੱਕ ਟੀਮ ਦੇ ਵਿੱਚ ਹਾਂ। ਸ਼ਰਤ ਲੱਗੀ ਹੈ ਮੋਮੋਜ਼ ਪਾਰਟੀ ਦੀ, ਜਿਹਦੇ ਵਿੱਚ ਆਲਰੇਡੀ ਜਸਲੀਨ ਅਤੇ ਬਵਨੀਕ 2 ਗੇਮ ਜਿੱਤ ਚੁੱਕੇ ਨੇ, ਅਤੇ ਮੈਂ ਅਤੇ ਤੈਨੂੰ ਅਜੇ ਇੱਕ ਹੀ ਜਿੱਤੇ ਨੇ। ਸੋ ਪੰਜ ਵਿੱਚੋਂ 3 ਗੇਮਾਂ ਜਿੱਤੀਆਂ ਨੇ, ਅਗਰ ਇੱਕ ਹੋਰ ਜਿੱਤ ਗਏ ਤਾਂ ਦੈਨ ਵੀ ਵਿਲ ਹੈਵ ਟੂ ਗਿਵ ਦੈਮ ਦੀ ਪਾਰਟੀ, ਅਦਰਵਾਈਜ਼ ਦੇ ਵਿਲ ਗਿਵ ਅਸ ਦੀ ਪਾਰਟੀ, ਠੀਕ ਹੈ ਗਾਈਜ਼? ਸੋ ਬਸ ਉਹੀ ਵੇਟ ਹੈ ਤੁਹਾਨੂੰ ਆਉਂਦੀ ਹੈ, ਅਤੇ ਨੈਕਸਟ ਗੇਮ ਸਟਾਰਟ ਕਰਦੇ ਹਾਂ। ਜੋ ਵੀ ਰਿਜ਼ਲਟ ਆਏਗਾ ਐਜ਼ ਪਰ ਦੀ ਰਿਜ਼ਲਟ, ਵੀ ਵਿਲ ਲੈਟ ਯੂ ਨੋ ਹੂ ਇਜ਼ ਦੀ ਐਕਚੁਅਲ ਵਿਨਰ ਐਂਡ ਹੂ ਇਜ਼ ਗੋਇੰਗ ਟੂ ਗਿਵ ਅਸ ਦੀ ਪਾਰਟੀ, ਰਾਈਟ? ਔਰ ਗਿਵ ਅਸ ਦੀ ਪਾਰਟੀ ਔਰ ਵੀ ਵਿਲ ਹੈਵ ਟੂ ਗਿਵ ਦੈਮ ਦੀ ਪਾਰਟੀ, ਰਾਈਟ? ਇਟਸ ਓਨਲੀ ਡਿਪੈਂਡ ਅਪੋਨ ਦੀ ਗੇਮ ਗਾਈਸ, ਠੀਕ ਹੈ? ਲੂਡੋ ਐਂਡ ਹੀ ਇਜ਼ ਪਲੇਇੰਗ ਸਮ ਡਾਂਸ, ਡੂਇੰਗ ਸਮ ਡਾਂਸ, ਵਾਓ। Someone want to learn this dance from Bhavnik, and you can contact him on his number. What's your number, man? Instagram. 4144 ਅੱਗੇ ਆਪੇ ਲਾ ਲਈ। ਚਰਮਾਨੇ ਕਿ 4144 ਅੱਗੇ ਆਪੇ ਲਾ ਲਈ। ਓਕੇ ਜੀ ਗਾਈਸ, ਜੋ ਵੀ ਇਸ ਬੰਦੇ ਕੋਲੋਂ ਡਾਂਸ ਸਿੱਖਣਾ ਚਾਹੁੰਦਾ ਹੈ, ਇਸ ਦੀ ਇੰਸਟਾਗ੍ਰਾਮ ਆਈਡੀ ਵੀ ਹੈਗੀ ਹੈ, ਉਹ ਦੱਸ ਸਕਦਾ ਤੂੰ। ਥੋੜੀ ਆਪਣਾ ਕਮਜ਼ੋਰ ਕੰਟੈਸਟੈਂਟ ਹੈ ਇਸ ਗੇਮ ਦੇ ਵਿੱਚ, ਐਕਚੁਅਲੀ ਦੋ ਵਾਰੀ ਤੈਨੂੰ ਜਿਤਾਉਣ ਵਾਲਾ ਨਹੀਂ ਹੈ, ਅੰਦਰ ਕਰਾਉਣ ਵਾਲਾ, ਸਮਝ ਆਈ ਨਾ ਗੇਮ ਦੇ ਵਿੱਚ? ਲੋ ਜੀ ਫਿਲਹਾਲ 6 ਆਉਣ ਦਾ ਵੇਟ ਕਰ ਰਿਹਾ। ਓ ਥਾਵਾ ਬਾਵਾ ਦੇ ਆ ਗਏ ਨੇ 6। ਤੂੰ ਮੇਰੀ ਲੱਤ ਨਾ ਭੰਨਦਾ ਹੀ ਮੇਰੇ। ਚੱਲ ਚੱਲ ਚੱਲ, ਆਪਣਾ ਵੀ ਆ ਗਿਆ। ਸੋ ਗਾਈਸ, ਬਸ ਗੇਮ ਆਪਾਂ ਇੰਟਰਸਟ ਪਾ ਕੇ ਖੇਲਦੇ ਹਾਂ, ਫਿਰ ਜੋ ਵੀ ਰਿਜ਼ਲਟ ਆਏਗਾ ਤੁਹਾਨੂੰ ਦੱਸਦੇ ਹਾਂ, ਅਤੇ ਨਾਲ ਹੀ ਫਿਰ ਵਲੌਗ ਦਾ ਐਂਡ ਕਰਾਂਗੇ ਤੁਹਾਨੂੰ ਨੂੰ ਆਖਰੀ ਵਾਰ ਵਿਸ਼ ਕਰਕੇ ਉਹਦੇ ਬਰਥਡੇ 'ਤੇ, ਠੀਕ ਹੈ? ਤੁਹਾਨੂੰ ਬਾਏ ਤੁਹਾਨੂੰ ਨਾ ਜਾ ਬੜੀ ਲੱਤ ਤੂੰ ਮੇਰੀ ਤੋੜੇਗਾ। ਲਓ ਜੀ, ਇਹ ਦੂਜੀ ਗੇਮ ਹਾਰਨ ਦੇ ਬਿਲਕੁਲ ਨਜ਼ਦੀਕ ਨੇ। ਮੈਂ ਤੈਨੂੰ ਅਸੀਂ ਹਾਰ ਜਾਈਏ, ਸਾਡਾ ਇੱਕ ਹੀ ਨਹੀਂ ਆਇਆ ਕਰਦੇ ਜੀ। ਉਹਦੇ ਨਾ ਇਹਦਾ ਲੋ ਜੀ ਗਾਈਸ, ਫਾਈਨਲੀ ਪੂਰੇ 12 ਵੱਜ ਚੁੱਕੇ ਨੇ, ਇੱਕ ਮਿੰਟ ਰਹਿ ਗਿਆ, ਤੇ ਤੈਨੂੰ ਲਾਸਟ ਵਾਰੀ ਸਾਰੇ ਬੋਲੋ ਹੈਪੀ ਬਰਥਡੇ ਟੂ ਯੂ, ਤੈਨੂੰ ਗੋਡ ਬਲੈਸ ਯੂ, ਰੱਬ ਤੈਨੂੰ ਲੰਬੀ ਉਮਰਾਂ ਬਖਸ਼ੇ, ਤੇ ਅਗਲਾ ਦਿਨ ਅਗਲੇ ਹੈਪੀ ਬਰਥਡੇ ਤੇਰੇ ਬਹੁਤ ਘੈਂਟ ਘੈਂਟ ਜਾਣ।
ਠੀਕ ਹੈ ਗਾਈਜ਼, ਆਪਾਂ ਦੋ ਦੋ ਗੇਮ ਆਲਰੇਡੀ ਜਿੱਤ ਚੁੱਕੇ ਆ, ਹੁਣ ਜਿਹੜਾ ਲਾਸਟ ਜਿੱਤੇਗਾ ਤੇ ਉਹ ਫਾਈਨਲ ਹੋਏਗਾ। ਇਹ ਗੇਮ ਖਤਮ ਹੋਣ ਤੋਂ ਬਾਅਦ ਆਪਾਂ ਗਾਈਜ਼ ਵਲੌਗ ਦਾ ਐਂਡ ਕਰ ਦਿਆਂਗੇ। ਇਹ ਮੇਰੀ ਗੇਮ ਕਿਉਂ ਚਲਾਈ ਕਰਦੀ ਹੈ? ਗਾਈਜ਼ ਫਾਈਨਲੀ ਹਾਰਨ ਦੇ ਚੱਕਰਾਂ ਚ ਆ ਚੁੱਕੀ ਨੀ ਜੋੜੀ, 2-0 ਤੋਂ ਅੱਗੇ ਚੱਲ ਰਹੀ ਸੀ, ਹੁਣ 2-2 ਦੇ ਬਰਾਬਰੀ ਕਰ ਚੁੱਕੇ ਆ, ਤੇ ਫਿਰ ਵੀ ਅੱਜ ਅਸੀਂ ਅੱਗੇ ਆ। ਤੇ ਲੈਟ ਸੀ, 2 ਆਉਂਦੇ ਨੇ ਸਾਡੇ ਕਿ ਆਪਾਂ ਹਾਰਦੇ ਆ, ਬਟ ਮੋਸਟ ਪ੍ਰੋਬੇਬਲੀ ਆਪਾਂ ਜਿੱਤ ਜਾਵਾਂਗੇ। ਮੈਨੂੰ ਕਹਿੰਦੀ ਆਪੇ ਤੇ ਘਰ ਹੀ ਲਾਸਟ ਗਿਆ ਨਾ ਹੁਣ ਲਾਈ ਗਿਆ। ਓ ਲੋ ਜੀ ਗਾਈਜ਼, ਫਾਈਨਲੀ ਐਂਡ ਵਿੱਚ 2 ਚਾਹੀਦੇ ਸੀਗੇ ਪਰ 1 ਆਇਆ। ਹੁਣ ਦੇਖੋ ਵਿਨਿੰਗ ਮੂਵਮੈਂਟ ਵੀ ਤੁਹਾਨੂੰ ਦੱਸਦੇ ਆ ਆਪਾਂ। ਵਿਨਿੰਗ ਮੂਵਮੈਂਟ ਇੱਕ ਬੜਾ ਮੁਸ਼ਕਿਲ ਨਾ ਆਉਂਦਾ ਯਾਰ, ਉਹ ਆਇਆ ਉਹਦਾ ਮਸਾ ਘਰੋਂ ਨਿਕਲਿਆ ਇਸ ਬੰਦੇ ਦਾ। ਵਿਨਿੰਗ ਮੂਵਮੈਂਟ ਪੱਕਾ ਦੱਸਾਂਗੇ, ਨਾਲ ਸਾਡੀ ਬੜਕ ਵੀ ਆਏਗੀ। ਤੈਨੂੰ ਮੈਂ ਅੰਦਰ ਲੈ ਕੇ ਜਾਂਦਾ ਰਿਹਾ ਕਿ ਨਹੀਂ ਯਾਰ। ਲੋ ਜੀ ਗਾਈਜ, ਆਈ ਹੋਪ ਕਿ ਇਸ ਵਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਤਨੂ ਨੂੰ ਫਿਰ ਤੋਂ ਹੈਪੀ ਬਰਥਡੇ ਲਾਸਟ ਵਾਰੀ, ਤੇ ਨੈਕਸਟ ਵਲੌਗ ਵੀ ਇਸੇ ਤਰ੍ਹਾਂ ਆਉਣਗੇ, ਕੈਂਟੋ ਕੈਂਟ ਵਲੌਗ ਆਉਣਗੇ। ਗਾਈਜ਼ ਕਿਊ ਐਨ ਏ ਵਲੌਗ ਔਨ ਦੀ ਵੇ ਹੈ, ਕਿਉਂਕਿ ਆਲਰੇਡੀ ਸਮ ਪਰਸਨ ਸਮ ਪੀਪਲ ਆਲਰੇਡੀ ਪੁੱਟ ਦੀ ਕੁਐਸਚਨਸ, ਉਹਦੇ ਜਵਾਬ ਦਿਆਂਗੇ। ਬਟ ਇਸ ਵਲੌਗ ਤੋਂ ਬਾਅਦ ਨੈਕਸਟ, ਬਸ ਜੋ ਇਸ ਵਲੌਗ ਦੇ ਵਿੱਚ ਲਾਸਟ ਕਮੈਂਟਸ ਆਉਣਗੇ, ਆਈ ਮੀਨ ਜੋ ਵੀ ਕਮੈਂਟ ਪਾਏਗਾ ਅਬਾਊਟ ਦੀ ਕਿਊ ਐਨ ਏ, ਪੱਕਾ ਆਨਸਰ ਦਿਆਂਗੇ, ਠੀਕ ਹੈ ਗਾਈਜ਼। ਤੇ ਇਸ ਦੈਨ ਇਸ ਤੋਂ ਬਾਅਦ ਜੋ ਵੀ ਹੋਏਗਾ ਕਿਊ ਐਨ ਏ ਹੋਏਗਾ ਮੋਸਟ ਪ੍ਰੋਬੇਬਲੀ, ਠੀਕ ਹੈ। ਸੋ ਜਿਹੜੀ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਵਲੌਗ ਵਿੱਚ ਪੱਕਾ ਦੱਸਿਆ ਕਰੋ, ਜਿਹੜੀਆਂ ਨਹੀਂ ਚੰਗੀ ਲੱਗਦੀਆਂ ਉਹ ਵੀ ਦੱਸਿਆ ਕਰੋ ਤਾਂ ਕਿ ਇੰਪਰੂਵਮੈਂਟ ਹੋ ਸਕੇ। ਤੇ ਹੁਣ ਮਿਲਦੇ ਆ ਹੁਣ ਕਿਸੇ ਨਵੇਂ ਵਲੌਗ ਦੇ ਵਿੱਚ, ਤਬ ਤੱਕ ਦੇ ਲਈ ਦਿਓ ਆਜ਼ਾਦਤ, ਗੁੱਡ ਨਾਈਟ, ਟੇਕ ਕੇਅਰ, ਸਵੀਟ ਡ੍ਰੀਮ, ਬਾਏ ਬਾਏ ਗਾਈਜ਼।